ਜਨਮ ਮਰਨ ਦੋਹੁ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓਂ ਲੈਣ ਮਿਲਾਏ, ਆਇਆ ਸਫਲ ਤਾਹੂ ਕਉ ਗਨੀਐ, ਜਾਸ ਰਸਨ ਹਰ ਹਰ ਜਸ ਭੰਨੀਐ, ਆਏ ਬਸਹੇ ਸਾਧੂ ਕੈ ਸੰਗੇ, ਆਨੰਦਿਨ ਨਾਮ ਧਿਆਵਹਿ ਰੰਗੇ, ਆਵਤ ਸੋ ਜੋ ਨਾਮਹਿ ਰਾਤਾ, ਜਾਂ ਕਉ ਦਇਆ ਮਯਾ ਵਿਧਾਤਾ, ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ, ਧਨ ਜਨਣੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ, ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ। ਗਰੀਬ ਨਵਾਜ ਸੱਚੇ ਪਾਤਸ਼ਾਹ, ਹਾਜ਼ਰਾ ਹਜ਼ੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ, ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀਓ, ਤਖਤ ਸਾਹਿਬ ਜੀ ਦੀ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ, ਮਹਾਨ ਜਰਨੈਲ ਸਤਿਗੁਰੂ ਜੀ ਦੇ ਸਿੱਖ ਯੋਧੇ ਮਹਾਂਪੁਰਖ ਬਾਬਾ ਜੀਵਨ ਸਿੰਘ ਜੀ ਮਹਾਂਪੁਰਖਾਂ ਦਾ ਜਨਮ ਦਿਹਾੜਾ ਆਪ ਸਮੂਹ ਸੰਗਤ ਬੜੇ ਹੀ ਪਿਆਰ ਦੇ ਨਾਲ ਮਨਾ ਰਹੇ ਹੋ। ਦਾਸ ਤੋਂ ਪਹਿਲਾਂ ਵੱਖ ਵੱਖ ਗੁਰਮੁਖਾਂ ਨੇ ਬਾਬਾ ਜੀ ਦੇ ਜੀਵਨ ਦੇ ਉੱਤੇ ਝਾਤ ਪਾਈ ਹੈ।
ਆਓ ਥੋੜਾ ਸਮਾਂ ਵਿਚਾਰ ਕਰਕੇ ਦਾਸ ਖਿਮਾ ਮੰਗ ਲਏਗਾ। ਮੇਰੀ ਬੇਨਤੀ ਹੈ ਸਾਰੇ ਸਿੰਘਾਂ ਨੂੰ ਜਿਹੜੇ ਇੱਧਰ ਉੱਧਰ ਖਲੋਤੇ ਹਨ, ਸਾਰੇ ਸਿੰਘਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਭਾਈ ਕੁਝ ਸਮਾਂ ਬੈਠ ਜਾਓ। ਮਹਾਰਾਜ ਸਤਿਗੁਰੂ ਜੀ ਦਾ ਜਸ, ਗੁਰੂ ਦੀ ਵਡਿਆਈ ਆਪ ਜੀ ਨੇ ਸਰਵਣ ਕਰਨੀ ਹੈ। ਕੁਝ ਸਮਾਂ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੋ। ਭਾਗਾਂ ਵਾਲੀ ਮਾਂ, ਬੰਦਗੀ ਵਾਲੀ ਮਾਂ, ਜਿਹਦਾ ਇਤਿਹਾਸ ਵਿੱਚ ਨਾਮ ਮਾਤਾ ਪਿਆਰੋ ਕਰਕੇ ਆਉਂਦਾ ਗੁਰਮੁਖੋ। ਮਾਤਾ ਪਿਆਰੋ ਜੀ ਤੇ ਬਾਬਾ ਸਦਾਨੰਦ ਜੀ ਗੁਰੂ ਕੀ ਸਿੱਖੀ ਨੂੰ ਕਮਾਉਂਦੇ ਆ। ਪੰਜ ਪੀੜ੍ਹੀਆਂ ਤੋਂ ਇਹ ਪਰਿਵਾਰ ਗੁਰੂ ਘਰ ਦੀ ਸਿੱਖੀ ਨੂੰ ਮੰਨਦਾ ਆ ਰਿਹਾ ਹੈ। ਜਦੋਂ ਕੋਈ ਵੀ ਮਨੁੱਖ ਪੈਦਾ ਹੁੰਦਾ ਹੈ ਨਾ ਗੁਰਮੁਖੋ, ਜਦੋਂ ਕਿਸੇ ਦਾ ਜਨਮ ਹੁੰਦਾ, ਜਨਮ ਦੇ ਨਾਲ ਉਹਦੀ ਪਰਾਰਬਦ ਉਹਦੇ ਨਾਲ ਆਉਂਦੀ ਹੈ। ਹਰ ਇੱਕ ਬੰਦੇ ਦੀ ਆਪੋ ਆਪਣੀ ਪਰਾਲਬਦ ਹੈ। ਪਰਾਲਬਦ ਕਹਿ ਲਓ ਕਿਸਮਤ, ਹਰ ਇੱਕ ਦੀ ਆਪੋ ਆਪਣੀ ਹੈ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਵਾਹਿਗੁਰੂ ਦੀ ਬੜੀ ਵੱਡੀ ਖੇਡ ਹੈ ਗੁਰਮੁਖੋ। ਅਰਬਾਂ ਖਰਬਾਂ ਲੋਕ ਨੇ, ਪਰ ਅੰਗੂਠੇ ਦੀਆਂ ਵਿਚਲੀਆਂ ਰੇਖਾਵਾਂ ਜਿਹੜੀਆਂ ਨਾ, ਅਰਬਾਂ ਖਰਬਾਂ ਵਿੱਚੋਂ ਇੱਕ ਅੱਧੇ ਦੀਆਂ ਵੀ ਇੱਕ ਅੱਧੇ ਦੇ ਨਾਲ ਨਹੀਂ ਚ ਰਲਦੀਆਂ। ਕਿਉਂ? ਕਿਉਂਕਿ ਰੱਬ ਦੀ ਖੇਡ ਹੈ, ਕੋਈ ਕਿਸੇ ਵਰਗਾ ਨਹੀਂ ਹੈ। ਹਰ ਇੱਕ ਦੀ ਆਪੋ ਆਪਣੀ ਪਰਾਰਬਦ ਹੈ। ਗੁਰੂ ਨਾਨਕ ਦੇ ਸਿੱਖਾਂ ਦੇ ਘਰ ਵਿੱਚ ਬਾਬਾ ਜੀਵਨ ਸਿੰਘ ਜੀ ਮਹਾਂਪੁਰਖ ਗੁਰਮੁਖੋ ਉਹ ਹੀਰੇ ਪ੍ਰਗਟ ਹੋਏ ਹੈ। ਅੱਜ ਵੀ ਜਦੋਂ ਸਤਿਗੁਰਾਂ ਦੇ ਮਹਾਨ ਗੁਰਸਿੱਖਾਂ ਦਾ ਨਾਮ ਲਿਆ ਜਾਂਦਾ ਹੈ ਤਾਂ ਬਾਬਾ ਜੀ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਕਾਰਨ ਕੀ ਹੈ? ਮੈਂ ਰਸਤੇ ਵਿੱਚ ਆਉਂਦਾ ਸਾਰਾ ਪ੍ਰੋਗਰਾਮ ਸੁਣ ਰਿਹਾ ਸਾਂ। ਆਨੰਦਗੜ੍ਹ ਸਾਹਿਬ ਕਿਲੇ ਦੇ ਨਾਲ ਹੀ ਗੁਰਮੁਖੋ ਬਾਬਾ ਜੀ ਦਾ ਬੁੰਗਾ ਬਣਿਆ, ਬਾਬਾ ਜੀ ਦਾ ਤਪ ਸਥਾਨ ਬਣਿਆ। ਬਸਤਰ ਵੀ ਨੇ, ਸਾਡੇ ਹੱਥਾਂ ਵਿੱਚ ਸ਼ਸਤਰ ਵੀ ਹੈ, ਪਰ ਮੈਨੂੰ ਮੁਆਫ ਕਰਿਓ, ਅਸੀਂ ਇਉਂ ਤੁਰੇ ਫਿਰਦੇ ਹਾਂ ਜਿਵੇਂ ਜਿੰਦੀਆਂ ਲਾਸ਼ਾਂ ਤੁਰੀਆਂ ਫਿਰਦੀਆਂ। ਬਾਬਾ ਜੀ ਦਾ ਨਾਮ ਜੀਵਨ ਸਿੰਘ ਹੈ। ਜੇ ਦਾਸ ਕੱਲੇ ਜੀਵਨ ਸ਼ਬਦ ਦੇ ਅਰਥ ਕਰੇ ਨਾ, ਤੇ ਜੀਵਨ ਦੇ ਅਰਥ ਬਹੁਤ ਵੱਡੇ ਨੇ ਗੁਰਮੁਖੋ। ਅੱਜ ਬਾਬਾ ਜੀ ਦਾ ਜਨਮ ਦਿਹਾੜਾ ਆਪਾਂ ਮਨਾ ਰਹੇ ਹਾਂ। ਗੁਰਬਾਣੀ ਨੇ ਜੀਵਨ ਕਿਹਨੂੰ ਕਿਹਾ ਗੁਰਮੁਖੋ?
ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ। ਤੁਸੀਂ ਗੁਰਸਿੱਖ ਬੈਠੇ ਹੋ, ਜਿਹੜਾ ਸਿੰਘ ਕਮਾਈ ਕਰਦਾ ਹੋਵੇ, ਸ਼ਬਦ ਦਾ ਜਾਪ ਕਰੇ, ਕੋਈ ਜਪਜੀ ਸਾਹਿਬ ਦਾ ਅਭਿਆਸ ਕਰੇ, ਕੋਈ ਸੁਖਮਣੀ ਸਾਹਿਬ ਦਾ ਅਭਿਆਸ ਕਰੇ, ਜਾਂ ਪਾਠ ਨਹੀਂ ਆਉਂਦਾ, ਸਤਨਾਮ ਵਾਹਿਗੁਰੂ ਜਪੇ, ਇਹਦੇ ਨਾਲ ਨਾਲ ਕੁਝ ਨਾ ਕਰੇ, ਸੇਵਾ ਹੀ ਕਰੀ ਜਾਵੇ ਨਾ ਸਾਰੀ ਦਿਹਾੜੀ, ਤੇ ਗੁਰਮੁਖੋ ਆਮ ਤੌਰ ਤੇ ਜਥੇਬੰਦੀਆਂ ਦੇ ਵਿੱਚ ਉਸ ਸਿੰਘ ਨੂੰ ਪਤਾ ਕੀ ਕਿਹਾ ਜਾਂਦਾ, ਉਸ ਸਿੰਘ ਨੂੰ ਕਿਹਾ ਜਾਂਦਾ ਇਹ ਬੜੇ ਜੀਵਨ ਵਾਲਾ ਸਿੰਘ ਹੈ। ਮੈਂ ਇਹ ਸ਼ਬਦ ਬੜੀ ਵਾਰੀ ਸੁਣਿਆ ਵੀ ਇਹ ਸਿੰਘ ਜੀਵਨ ਵਾਲਾ ਹੈ। ਮਨ ਵਿੱਚ ਆਇਆ ਇਹ ਸਿੰਘ ਜੀਵਨ ਵਾਲਾ ਹੈ, ਕੀ ਗੱਲ ਨਾਲ ਦੇ ਦਾ ਜੀਵਨ ਨਹੀਂ, ਨਾਲ ਦਾ ਜਿਉਂਦਾ ਨਹੀਂ ਹੈ। ਗੁਰਮੁਖੋ ਜਿਸ ਵਿਹੜੇ ਵਿੱਚ ਆਪਾਂ ਬੈਠੇ ਹਾਂ, ਜਿਸ ਸਤਿਗੁਰਾਂ ਦੀ ਬਾਰਗਾਹ ਵਿੱਚ ਬੈਠੇ ਹਾਂ, ਇਸ ਘਰ ਵਿੱਚ ਜੀਵਨ ਵਾਲਾ ਕਿਹਨੂੰ ਮੰਨਿਆ ਜਾਂਦਾ ਹੈ? ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮਿਰਦਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਅਤ ਦਾ ਸੋਹਣਾ ਹੋਵੇ ਜੀ, ਅਤ ਦਾ ਸੋਹਣਾ ਹੋਵੇ, ਅਤ ਸੁੰਦਰ ਕੁਲੀਨ ਹੋਵੇ। ਮੈਂ ਬੇਨਤੀ ਕਰਾਂ, ਮੇਰੇ ਤੋਂ ਪਹਿਲਾਂ ਜ਼ਿਕਰ ਕੀਤਾ ਜਾ ਰਿਹਾ ਸੀ ਵੀ ਲੋਕ ਮਾੜੇ ਨਜ਼ਰੀਏ ਨਾ ਵੇਖਦੇ, ਪਰ ਚੇਤਾ ਰੱਖਿਓ ਬਾਬਾ ਜੀਵਨ ਸਿੰਘ ਜੀ ਦੀ ਕੁੱਲ ਬਹੁਤ ਉੱਚੀ ਕੁੱਲ ਹੈ। ਕਿਉਂ? ਮਹਾਰਾਜ ਨੇ ਕਿਹਾ ਸੋਈ ਕੁੱਲ ਭਲੀ ਜਾਂ ਕੁੱਲ ਹਰ ਕੋ ਦਾਸ। ਆਪਾਂ ਲੋਕਾਂ ਦੇ ਸਿੱਖ ਹਾਂ ਕਿ ਗੁਰੂ ਦੇ ਸਿੱਖ? ਜੇ ਤੇ ਗੁਰੂ ਦੇ ਸਿੱਖ ਤੇ ਮੇਰੇ ਸਤਿਗੁਰੂ ਕਹਿੰਦੇ ਹੈ ਕੁੱਲ ਉਹ ਵੱਡੀ ਹੈ ਜਿਸ ਕੁੱਲ ਵਿੱਚ ਰੱਬ ਦਾ ਪਿਆਰਾ ਹੋਵੇ। ਜਿਸ ਕੁੱਲ ਵਿੱਚ ਰੱਬ ਦਾ ਪਿਆਰਾ ਨਹੀਂ ਗੁਰਮੁਖੋ, ਉਹ ਕੁੱਲ ਵੱਡੀ ਨਹੀਂ ਚ ਹੈਗੀ। ਸੋਈ ਕੁੱਲ ਭਲੀ ਜਾਂ ਕੁੱਲ ਹਰ ਕੋ ਦਾਸ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ, ਮੂੰਹੋਂ ਗਿਆਨ ਦੀਆਂ ਗੱਲਾਂ ਵੀ ਕਰਦਾ ਹੋਵੇ, ਧਨਵੰਤ ਮਾਇਆ ਦੀ ਕਮੀ ਨਾ ਹੋਵੇ। ਪਰ ਸਤਿਗੁਰੂ ਕਹਿੰਦੇ ਹੈ 52 ਅੱਖਰੀ ਵਿੱਚ ਉਹ ਮੁਰਦਾ ਹੀ ਹੈ ਜਿਹਦੇ ਹਿਰਦੇ ਵਿੱਚ ਨਾਮ ਨਹੀਂ ਤੇ ਹੈਗਾ। ਮੈਂ ਇਹ ਵਿਸ਼ਾ ਤਾਂ ਸ਼ੁਰੂ ਕੀਤਾ ਸੀ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਸਾਨੂੰ ਬੁੰਗਾ ਲੱਭਦਾ। ਬਾਬਾ ਜੀਵਨ ਸਿੰਘ ਜੀ ਦਾ ਨਾਮ ਹੋ ਸਕਦਾ ਮੇਰੇ ਸਤਿਗੁਰਾਂ ਨੇ ਜੀਵਨ ਸਿੰਘ ਰੱਖਿਆ ਹੀ ਇਸ ਕਰਕੇ ਹੋਵੇ ਕਿਉਂਕਿ ਉਹਨਾਂ ਦਾ ਆਤਮਕ ਜੀਵਨ ਸੀ ਗੁਰਮੁਖ। ਆਤਮਕ ਜੀਵਨ ਤੋਂ ਬਗੈਰ ਜਿੰਨਾ ਮਰਜ਼ੀ ਬੰਦਾ ਰੌਲਾ ਪਾਈ ਜਾਵੇ ਕਿਸੇ ਨੇ ਕੋਈ ਗੱਲ ਨਹੀਂ ਤੇ ਸੁਣਦੇ। ਬਾਬਾ ਜੀ ਦਾ ਤਪ ਸਥਾਨ ਇੱਕ ਮਹਾਂਪੁਰਖ ਮਹਾਨ ਕਿਉਂ ਬਣਦਾ? ਅੱਜ ਵੀ ਜਦੋਂ ਆਪਾਂ ਬਾਬਾ ਜੀਵਨ ਸਿੰਘ ਜੀ ਦਾ ਨਾਮ ਲੈਂਦੇ ਹਾਂ, ਗੁਰਮੁਖੋ ਸੀਨਾ ਮਾਣ ਨਾਲ ਕਿਉਂ ਭਰਦਾ? ਉਹਦਾ ਇੱਕ ਕਾਰਨ ਹੈ,
ਮੈਂ ਭਾਈ ਗੁਰਦਾਸ ਜੀ ਦਾ ਬਚਨ ਕਹਿ ਕੇ ਸਮਾਪਤੀ ਕਰ ਦਿਆਂਗਾ। ਭਾਈ ਗੁਰਦਾਸ ਜੀ ਲਿਖਦੇ ਆ, ਗੁਰਸਿੱਖੋ ਮਹਾਂਪੁਰਖ ਐਵੇਂ ਨਹੀਂ ਜੇ ਬਣਦਾ, ਬੰਦਗੀ ਵਾਲਾ ਪੁਰਸ਼ ਕੋਈ ਐਵੇਂ ਨਹੀਂ ਜੇ ਬਣਦਾ। ਬੰਦਗੀ ਵਾਲੇ ਪੁਰਸ਼ ਦੀ ਕਹਾਣੀ ਭਾਈ ਗੁਰਦਾਸ ਜੀ ਜਦੋਂ ਲਿਖਦੇ ਆ, ਉਹਨਾਂ ਨੇ ਅੰਨ ਦੇ ਦਾਣੇ ਦੀ ਉਦਾਹਰਣ ਦਿੱਤੀ ਹੈ। ਇਸ ਗੱਲ ਨੂੰ ਧਿਆਨ ਨਾਲ ਸੁਣਿਓ। ਭਾਈ ਗੁਰਦਾਸ ਜੀ ਕਹਿੰਦੇ ਆ, ਜੈਸੇ ਤੋਂ ਅਨਾਦ ਆਦ ਅੰਤ ਪਰਯੰਤ ਹੰਤ, ਜਿਵੇਂ ਇੱਕ ਅਨਾਜ ਦਾ ਦਾਣਾ ਗੁਰਮੁਖੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਸ ਅਨਾਜ ਦੇ ਦਾਣੇ ਨੂੰ ਬੜਾ ਦੁੱਖ ਸਹਿਣਾ ਪੈਂਦਾ ਹੈ। ਬੇਨਤੀ ਜੇ ਧਿਆਨ ਨਾਲ ਸੁਣਿਓ, ਸ਼ੁਰੂ ਤੋਂ ਲੈ ਕੇ ਅੰਤ ਤੱਕ ਅੰਨ ਦਾ ਦਾਣਾ ਦੁੱਖ ਸਹਿੰਦਾ, ਫਿਰ ਜਾ ਕੇ ਉਹ ਕਿਸੇ ਦੀ ਭੁੱਖ ਦੂਰ ਕਰਦਾ। ਜਿਹੜਾ ਦਾਣਾ ਦੁੱਖ ਨਹੀਂ ਸਹਿੰਦਾ ਉਹ ਕਿਸੇ ਦੀ ਭੁੱਖ ਦੂਰ ਨਹੀਂ ਜੇ ਕਰ ਸਕਦਾ। ਸਾਨੂੰ ਕਥਾ ਪੜ੍ਹਾਉਣ ਲੱਗਿਆਂ ਸਿਖਾਇਆ, ਪਹਿਲਾਂ ਦਾਣਾ ਮਿੱਟੀ ਵਿੱਚ ਆਪਣਾ ਆਪ ਰੋਲ ਦਿੰਦਾ ਗੁਰਮੁਖ, ਫਿਰ ਉਹਦੇ ਦਾ ਉਹਦਾ ਬੂਟਾ ਬਣਦਾ, ਫਿਰ ਉਹ ਪੱਕਦਾ। ਜਦੋਂ ਦਾਣਾ ਪੱਕ ਜਾਂਦਾ, ਉਹ ਦਾਣਾ ਪੱਕਣ ਤੋਂ ਬਾਅਦ ਘਰ ਵਿੱਚ ਆਉਂਦਾ, ਉਹਨੂੰ ਚੱਕੀ ਵਿੱਚ ਪੀਸਿਆ ਜਾਂਦਾ, ਫਿਰ ਉਹ ਦਾਣਾ ਸਾਡੇ ਘਰ ਵਿੱਚ ਪੱਕਦਾ, ਤਵੇ ਤੇ ਪੱਕਦਾ, ਫਿਰ ਉਹ ਦੰਦਾਂ ਦੇ ਹੇਠਾਂ ਜਾਂਦਾ, ਦੰਦਾਂ ਦੇ ਹੇਠਾਂ ਜਾ ਕੇ ਫਿਰ ਉਹ ਦੁੱਖ ਸਹਿੰਦਾ, ਫਿਰ ਸਾਡੀ ਭੁੱਖ ਦੂਰ ਹੁੰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਆ, ਗੁਰਸਿੱਖੋ ਇਹ ਇੱਕ ਬੰਦਗੀ ਵਾਲੇ ਦਾ ਜੀਵਨ ਚ ਗੁਰਮੁਖੋ, ਬੰਦਗੀ ਵਾਲਾ ਵੀ ਇੰਨੇ ਦੁੱਖ ਸਹਿੰਦਾ। ਮੈਂ ਆਪਣੇ ਮਨ ਵਿੱਚ ਵਿਚਾਰ ਕਰ ਰਿਹਾ ਸਾਂ, ਸਿਆਣੀਆਂ ਉਮਰਾਂ ਵਾਲੇ ਤੁਸੀਂ ਬੈਠੇ ਹੋ, ਜਦੋਂ ਬਾਬਾ ਜੀਵਨ ਸਿੰਘ ਜੀ, ਭਾਈ ਜੈਤਾ ਜੀ, ਉਹਨਾਂ ਨੇ ਆਪਣਾ ਸੀਸ, ਵਾਹਿਗੁਰੂ ਮਹਾਰਾਜ ਦਾ ਸੀਸ ਆਪਣੀ ਛਾਤੀ ਦੇ ਨਾਲ ਲਾਇਆ ਨਾ ਗੁਰਮੁਖੋ, ਤੇ ਬਾਬਾ ਜੀ ਦੀ ਉਮਰ ਕਿਤੇ ਕਿੰਨੇ ਸਾਲ ਸੀਗੀ? ਕਦੇ ਵਿਚਾਰ ਕੀਤੀ ਹੈ? ਕਦੇ ਸੋਚਿਆ? ਕੋਈ 30-32 ਸਾਲਾਂ ਦੇ ਨਹੀਂ ਸੀਗੇ ਬਾਬਾ ਜੀਵਨ ਸਿੰਘ ਜੀ। ਗੁਰਮੁਖੋ 14-15 ਸਾਲਾਂ ਦੇ ਵਿੱਚ ਉਮਰ ਸੀ ਉਦੋਂ। ਇੱਥੋਂ ਮੇਰੇ ਸਤਿਗੁਰਾਂ ਨੇ ਤੋਰਿਆ, ਇੱਥੋਂ ਮੇਰੇ ਸਤਿਗੁਰਾਂ ਨੇ ਤੋਰਿਆ, ਇਹੋ ਧਰਤੀ ਹੈ ਅਨੰਦਪੁਰ ਸਾਹਿਬ ਦੀ ਜਿੱਥੋਂ ਸਤਿਗੁਰਾਂ ਨੇ ਬਾਬਾ ਜੀ ਨੂੰ ਤੋਰਿਆ ਸੀ। ਤੇ ਮਹਾਰਾਜ ਬਾਜਾਂ ਵਾਲੇ ਸਤਿਗੁਰਾਂ ਨੂੰ ਕਿੰਨਾ ਭਰੋਸਾ ਹੋਏਗਾ? 15-16 ਸਾਲਾਂ ਦੇ ਕਿਸ਼ੋਰ ਅਵਸਥਾ ਦੇ ਇੱਕ ਪੂਰਾ ਨੌਜਵਾਨੀ ਸਰੀਰ ਨਹੀਂ ਸੀ ਬਾਬਾ ਜੀ ਦਾ ਉਦੋਂ। 15-16 ਸਾਲਾਂ ਦੇ ਇੱਕ ਗੁਰਸਿੱਖ ਨੂੰ ਮਹਾਰਾਜ ਇਹ ਕਹਿ ਕੇ ਤੁਰ ਰਹੇ ਆ, ਜਾ ਸਿੱਖਾ ਸਾਡੇ ਪਿਤਾ ਦਾ ਤੂੰ ਸੀਸ ਲੈ ਕੇ ਆਉਣਾ। ਇੱਥੋਂ ਪਤਾ ਲੱਗਦਾ ਬਾਬਾ ਜੀਵਨ ਸਿੰਘ ਜੀ ਕਿੰਨੇ ਜ਼ਿੰਮੇਵਾਰ ਸਿੱਖ ਸਨ ਜੀ। ਅੱਜ ਜ਼ਿੰਮੇਵਾਰੀ ਦੀ ਭਾਵਨਾ ਜਿਹੜੀ ਹੈ ਨਾ, ਉਹ ਬੜੀ ਥੋੜੀ ਹੈ। ਮੈਂ ਵੀ ਕਥਾ ਕਰਨੀ ਹੈ, ਤੁਰ ਪੈਣਾ, ਜ਼ਿੰਮੇਵਾਰੀ ਵਾਲੇ ਥੋੜੇ ਹੈ। 15-16 ਸਾਲਾਂ ਦੀ ਉਮਰ,
ਤੇ ਥੋੜਾ ਜਿਹਾ ਮੈਂ ਵਰਣਨ ਕਰਦਿਆਂ ਕੇਵਲ ਅੱਖਾਂ ਅੱਗੇ ਉਹ ਦ੍ਰਿਸ਼ ਆ ਜਾਵੇ ਜਿਸ ਮਹਾਂਪੁਰਖ ਦੀ ਯਾਦ ਵਿੱਚ ਬੈਠੇ ਉਹਦੀ ਕਮਾਈ ਕਿੰਨੀ ਵੱਡੀ। ਹਨੇਰੀ ਚੱਲੀ ਜੀ, ਇਤਿਹਾਸ ਵਿੱਚ ਜ਼ਿਕਰ ਆਉਂਦਾ, ਹਨੇਰੀ ਵਿੱਚ ਡੋਲ ਗਏ ਸਾਰੇ। ਇੰਨੀ ਹਨੇਰੀ ਆਈ ਸੀ, ਜਿਸ ਤਖ਼ਤ ਤੇ ਨੌਰੰਗਾ ਬੈਠਾ ਸੀ ਉਹ ਤਖ਼ਤ ਤੇ ਲੱਗਿਆ ਸੀ, ਪਰ ਜੇ ਕੋਈ ਨਹੀਂ ਸੀ ਨਾ ਡੋਲਿਆ ਗੁਰਮੁਖੋ, ਉਹ ਬਾਬਾ ਜੀਵਨ ਸਿੰਘ ਜੀ ਨਹੀਂ ਸੀ ਡੋਲੇ। ਉਹ ਨਹੀਂ ਡੋਲੇ ਤੇ ਬਾਬਾ ਜੀਵਨ ਸਿੰਘ ਜੀ ਡੋਲੇ। ਇੱਕੋ ਇੱਕ ਸਿੱਖ ਹੈ ਇਤਿਹਾਸ ਵਿੱਚ, ਹੁਣ ਤੱਕ ਦੇ ਇਤਿਹਾਸ ਵਿੱਚ, ਬਾਬਾ ਜੀਵਨ ਸਿੰਘ ਜੀ ਜਿਹਦੀ ਝੋਲੀ ਵਿੱਚ ਗੁਰੂ ਦਾ ਸੀਸ ਪਿਆ, ਗੁਰਮੁਖੋ ਆਪਣੀ ਸੀਨੇ ਨਾਲ ਲਾ ਕੇ ਜਿਨ੍ਹਾਂ ਗੁਰੂ ਦਾ ਸੀਸ ਸਾਂਭਿਆ, ਇੱਕੋ ਇੱਕ ਸਿੱਖ ਹੈ ਬਾਬਾ ਜੀਵਨ ਸਿੰਘ ਜੀ, ਇੱਕੋ ਇੱਕ ਸਿੱਖ। ਬੜੇ ਬੜੇ ਕਮਾਈ ਵਾਲੇ ਸਿੱਖ ਹੋਏ, ਬਾਬਾ ਬੁੱਢਾ ਜੀ ਬੜੇ ਵੱਡੇ ਸਿੱਖ ਨੇ, ਪਰ ਉਹਨਾਂ ਦੀ ਜ਼ਿੰਦਗੀ 'ਚ ਇਹੋ ਜਿਹਾ ਸਮਾਂ ਨਹੀਂ ਤੇ ਆਇਆ ਇਹ ਬਾਬਾ ਜੀਵਨ ਸਿੰਘ ਜੀ ਨੇ। ਤੇ ਮੈਂ ਬਸ ਟੂਕ ਮਾਤਰ ਬੇਨਤੀ ਕਰਨ ਲੱਗਾ, ਕਹਿਣਾ ਸੌਖਾ ਜੇ 5 ਮਿੰਟ ਦੀ ਕਥਾ ਵਿੱਚ ਸੀਸ ਨਹੀਂ ਸੀ ਆ ਗਿਆ। 15-16 ਸਾਲਾਂ ਦੀ ਉਮਰ ਸਰਕਾਰ ਦੇ ਨਾਲ ਮੱਥਾ ਲਾਉਣਾ ਕਿਹੜੀ ਤਾਕਤ ਸੀਗੀ, ਕਿਹੜੀ ਤਾਕਤ ਸੀ? ਉਹ ਬਾਬਾ ਜੀਵਨ ਸਿੰਘ ਦੇ ਸੀਸ ਉੱਤੇ ਪੂਰੇ ਗੁਰਦੇਵ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਹਿਮਤਾਂ ਭਰਿਆ ਹੱਥ ਸੀਗਾ ਗੁਰਮੁਖ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਪਹਿਲੇ ਦਿਨ 40 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ, 40 ਕਿਲੋਮੀਟਰ ਦਾ ਤੁਰ ਕੇ ਕੀਤਾ। ਕਈ ਸਿੰਘ ਕਹਿੰਦੇ ਜੀ ਘੋੜੇ ਤੇ ਆਏ ਸੀ, ਇਹ ਮੂਰਖਤਾਈਆਂ ਵਾਲੀਆਂ ਗੱਲਾਂ ਨੇ, ਤੁਰ ਕੇ ਸਫ਼ਰ ਤੈਅ ਕਰਦੇ ਆ। ਛਾਤੀ ਨਾਲ ਮਹਾਰਾਜ ਸਤਿਗੁਰਾਂ ਦਾ ਸੀਸ ਲਾਇਆ ਤੇ ਗੁਰਮੁਖੋ ਜਦੋਂ ਬਾਗਪਟ ਪਹੁੰਚੇ ਆ ਨਾ, ਮੁਸਲਮਾਨ ਸੀਗਾ ਵਾਹੂਦੀਨ, ਹਜ਼ਰਤ ਵਾਹੂਦੀਨ ਇੱਕ ਪਾਸੇ ਹੈ, ਬਾਬਾ ਜੈਤਾ ਜੀ ਨੇ ਸੀਸ ਛਾਤੀ ਨਾਲ ਲਾਇਆ, ਛੋਟੀ ਉਮਰ ਹੈ, ਕੰਮ ਬੜਾ ਵੱਡਾ ਮਿਲਿਆ ਜੀ। ਤੇ ਗੁਰਮੁਖੋ ਸੀਸ ਲਾ ਕੇ ਨਾ ਵਾਹਿਗੁਰੂ ਵਾਹਿਗੁਰੂ ਜਪ ਰਹੇ, ਬਾਣੀ ਪੜ੍ਹ ਰਹੇ। ਅੱਜ ਜਿਹੜੇ ਸਾਡੇ ਫੋਨ ਨੇ ਨਾ, ਮੈਂ ਸਾਰੇ ਸਿੰਘਾਂ ਨੂੰ ਬੇਨਤੀ ਕਰਾਂਗਾ, ਅੱਜ ਜਿਹੜੇ ਫੋਨ ਹੈ ਨਾ ਸਾਡੀਆਂ ਜੇਬਾਂ ਵਿੱਚ, ਇਹ ਸਾਨੂੰ ਕਮਾਈ ਨੀ ਚ ਕਰਨ ਦਿੰਦੇ, ਬਾਣੀ ਨੀ ਚ ਪੜ੍ਹਨ ਦਿੰਦੇ। ਉਦੋਂ ਗਤੀ ਦਾ ਕਾਰਨ ਵੀ ਇਹੋ ਹੀ ਹੈ। ਸ਼ੇਖ ਵਾਹੂਦੀਨ ਵੇਖਦਾ ਵੀ ਵਾਹਿਗੁਰੂ ਦੀ ਆਵਾਜ਼ ਆ ਰਹੀ, ਪੁੱਛਿਆ ਕੌਣ ਹੈ? ਬਾਬਾ ਜੀ ਨੇ ਝੂਠ ਨਹੀਂ ਬੋਲਿਆ, ਬੋਲੀਆ ਸੱਚ ਧਰਮ, ਝੂਠ ਨਾ ਬੋਲੀਆ। ਕਹਿੰਦੇ ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ। ਕਹਿੰਦੇ ਜੇ ਗੁਰੂ ਦਾ ਸਿੱਖ ਹੈ ਇੱਥੇ ਝਾੜੀਆਂ ਚ ਕਿਉਂ ਲੁਕਿਆ? ਚੱਲ ਆ, ਸੁਣਾ। ਸੁਣਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ ਹੈ, ਕੀ ਬਣਿਆ? ਤੇ ਬਾਬਾ ਜੀ ਨੇ ਨਾ ਹੋਰ ਘੁੱਟ ਕੇ ਸੀਸ ਨੂੰ ਜੱਫਾ ਪਾਇਆ, ਕਹਿੰਦੇ ਕਿਤੇ ਇਕਾਂਤ ਥਾਂ ਤੇ ਲੈ ਜਾਓ ਮੈਨੂੰ। ਭਾਈ ਕ੍ਰਿਸ਼ਨ ਪਾਲ ਦੇ ਘਰ ਲੈ ਗਏ,
ਸਤਿਗੁਰਾਂ ਦੇ ਸੀਸ ਦੇ ਦਰਸ਼ਨ ਕਰਾਏ। ਗੁਰਮੁਖੋ ਇੱਕ ਵਾਰੀ ਸੁਰਤ ਕਰਕੇ ਬਾਬਾ ਜੀਵਨ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਉਸ ਸੀਸ ਦੇ ਦਰਸ਼ਨ ਕਰਨ ਦਾ ਯਤਨ ਕਰਿਆ ਕਰੋ। ਕਿੰਨਾ ਬਾਬਾ ਜੀ ਦਾ ਜੀਵਨ ਕੋਈ ਸਾਡੇ ਵਰਗਾ ਥੋੜੀ ਸੀਗਾ। ਬਾਬਾ ਜੀਵਨ ਸਿੰਘ ਜੀ ਕੋਲ ਇੱਕ ਬੜੀ ਵੱਡੀ ਤਾਕਤ ਸੀ, ਬੜੀ ਵੱਡੀ ਤਾਕਤ। ਉਹ ਤਾਕਤ ਪਤਾ ਕੀ ਸੀ? ਬਾਬਾ ਜੀਵਨ ਸਿੰਘ ਜੀ ਨੇ ਜਿਸ ਗੁਰੂ ਦਾ ਸਿਰ ਆਪਣੀ ਛਾਤੀ ਦੇ ਨਾਲ ਲਾਇਆ, ਬਾਬਾ ਜੀਵਨ ਸਿੰਘ ਜੀ ਨੂੰ ਉਸ ਗੁਰੂ ਉੱਤੇ ਭਰੋਸਾ ਵੀ ਪੂਰਾ ਸੀਗਾ ਜੀ। ਉਸ ਗੁਰੂ ਉੱਤੇ ਭਰੋਸਾ ਵੀ ਸੀ। ਉੱਥੋਂ ਸੀਸ ਲਿਆ, ਤਰਾਵੜੀ ਆਏ, ਫਿਰ ਝਾੜੀਆਂ ਦੇ ਓਲੇ ਵਾਹਿਗੁਰੂ ਵਾਹਿਗੁਰੂ ਜਪ ਰਹੇ ਆ। ਲਾਗੇ ਧੋਬੀ ਘਾਟ ਹੈ, ਛੱਪੜ ਸੀਗਾ, ਦੇਵਾ ਰਾਮ ਕੱਪੜਿਆਂ ਦੀ ਪੰਡ ਲਈ ਆਉਂਦੇ ਆ ਤੇ ਕਮਾਈ ਵਾਲੀ ਰੂਹ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ। ਦੇਵਾ ਰਾਮ ਆਪਣੇ ਕਦਮ ਅੱਗੇ ਨਹੀਂ ਤੋਰ ਸਕਿਆ। ਉਹਨੇ ਪੁੱਛਿਆ ਤੂੰ ਕੌਣ ਹੈ? ਕਹਿੰਦੇ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ। ਕਹਿੰਦੇ ਸਿੱਖ ਦਾ ਘਰ ਪਿੰਡ ਚ ਹੋਵੇ, ਸਿੱਖ ਝਾੜੀਆਂ ਚ ਰਵੇ, ਇਹ ਕਿਵੇਂ ਹੋ ਸਕਦਾ ਹੈ? ਵੇਖੋ ਕਿੱਡਾ ਮਾਣ ਹੈ ਗੁਰਮੁਖੋ। ਕਹਿੰਦੇ ਸਿੱਖ ਦਾ ਘਰ ਪਿੰਡ ਚ ਹੋਵੇ, ਤੂੰ ਸਿੱਖ ਹੋਵੇ ਝਾੜੀਆਂ ਚ ਓਲੇ ਰਹੇ, ਚੱਲ ਆ ਮੇਰੇ ਨਾਲ ਚੱਲ। ਦੇਵਾ ਰਾਮ ਨੇ ਕੱਪੜਿਆਂ ਦੀ ਪੰਡ ਚੁੱਕੀ ਹੈ, ਭਾਈ ਜੈਤਾ ਜੀ ਨੇ ਸੀਸ ਵਾਲੀ ਪੰਡ ਲਈ ਹੈ। ਦੇਵਾ ਰਾਮ ਪੁੱਛਦਾ ਹੈ ਸਿੱਖਾ ਸੁਣਾ ਗੁਰੂ ਤੇਗ ਬਹਾਦਰ ਜੀ ਦਾ ਕੀ ਹਾਲ ਹੈ? ਗੁਰਮੁਖੋ ਭਾਈ ਜੈਤਾ ਜੀ ਜਾਣਦੇ ਹੈ ਉਸ ਟਾਈਮ ਉਹਨਾਂ ਦੇ ਮਨ ਉੱਤੇ ਕੀ ਬਤੀਤ ਹੋਇਆ। ਕਥਾ ਦੇ ਵਿੱਚ ਬੋਲ ਕੇ ਦੱਸਿਆ ਨਹੀਂ ਤੇ ਜਾ ਸਕਦਾ। ਮੈਂ ਕਹਿੰਦਾ ਉਹ ਸਮਾਂ ਇਹੋ ਜਿਹਾ ਸੀਗਾ, ਦੁਨੀਆਂ ਦਾ ਕੋਈ ਗਿਆਨੀ ਆ ਜਾਵੇ ਉਸ ਸਮੇਂ ਦਾ ਵਰਣਨ ਨਹੀਂ ਜੇ ਕਰ ਸਕਦਾ, ਉਸ ਸੇਵਾ ਦਾ ਵਰਣਨ ਨਹੀਂ ਜੇ ਕਰ ਸਕਦਾ। ਬਾਬਾ ਜੀ ਕਹਿਣ ਲੱਗੇ ਦੇਵਾ ਰਾਮ ਨੂੰ, ਭਾਈ ਸਾਹਿਬ ਘਰ ਲੈ ਕੇ ਚੱਲੋ, ਤੁਹਾਨੂੰ ਸਾਰੀ ਗੱਲ ਦੱਸਦਾ। ਉਹਦੀ ਘਰਵਾਲੀ ਦਾ ਨਾਂ ਸੀ ਲਛਮੀ। ਦੇਵਾ ਰਾਮ ਨੇ ਕਿਹਾ ਭਾਗਾਂ ਵਾਲੀਏ ਦਰਵਾਜ਼ਾ ਖੋਲ, ਆਪਣੇ ਘਰ ਗੁਰੂ ਦਾ ਸਿੱਖ ਆਇਆ। ਦੇਵਾ ਰਾਮ ਨੇ ਕੱਪੜਿਆਂ ਦੀ ਪੰਡ ਰੱਖਤੀ, ਪਰ ਭਾਈ ਜੈਤਾ ਜੀ ਨੇ ਸੀਸ ਨਹੀਂ ਪਰਾਂ ਕੀਤਾ ਜੀ। ਦੇਵਾ ਰਾਮ ਕਹਿੰਦਾ ਮੈਂ ਆਪਣੀ ਪੰਡ ਰੱਖਤੀ ਹੈ, ਤੂੰ ਵੀ ਆਪਣੀ ਪੰਡ ਪਾਸੇ ਰੱਖ ਦੇ, ਕੋਈ ਖਜ਼ਾਨਾ ਜਿਹੜਾ ਤੂੰ ਲਾਮੇ ਹੀ ਨਹੀਂ ਕਰਦਾ ਆਪਣੇ ਸਰੀਰ ਤੋਂ, ਕੋਈ ਖਜ਼ਾਨਾ। ਭਾਈ ਜੀਵਨ ਸਿੰਘ ਵਾਹਿਗੁਰੂ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦਾ ਉੱਤਰ ਪਤਾ ਕੀ ਸੀ? ਕਹਿੰਦੇ ਹਾਂ ਦੇਵਾ ਰਾਮ, ਇਹ ਉਹ ਖਜ਼ਾਨਾ ਜਿਹੜਾ ਮੈਂ ਜਿੰਦ ਵਾਰ ਕੇ ਵੀ ਕਿਸੇ ਨੂੰ ਦੇ ਨਹੀਂ ਸਕਦਾ। ਇਹ ਉਹ ਖਜ਼ਾਨਾ ਚ ਸੱਚੀ ਗੱਲ ਹੈ
ਜੋ ਖਜ਼ਾਨਾ ਬਾਬਾ ਜੀਵਨ ਸਿੰਘ ਜੀ ਨੇ ਇਕੱਠਿਆਂ ਕੀਤਾ, ਕੇਵਲ ਬਾਬਾ ਜੀਵਨ ਸਿੰਘ ਨੇ ਇਕੱਠਿਆਂ ਕੀਤਾ, ਕੋਈ ਹੋਰ ਸਿੱਖ ਇਹੋ ਜਿਹਾ ਨਹੀਂ ਸੀਗਾ ਜੀ, ਕਿਸੇ ਦੇ ਭਾਗਾਂ ਚ ਸੇਵਾ ਨਹੀਂ ਸੀਗੀ। ਦੇਵਾ ਰਾਮ ਕਹਿੰਦਾ, ਮੈਂ ਸਮਾਪਤੀ ਕਰਨ ਲੱਗਾ ਇਹ ਗੱਲ ਕਰਕੇ, ਦੇਵਾ ਰਾਮ ਕਹਿੰਦਾ ਮੈਂ ਮਹਾਰਾਜ ਵਾਸਤੇ ਖੇਸ ਬਣਾਇਆ, ਮਹਾਰਾਜ ਨੂੰ ਕਹੀਂ ਕਿਤੇ ਲੰਘਦੇ ਲੰਘਦੇ ਚਰਨੀ ਪਾ ਜਿਓ, ਬਸ ਉੱਥੇ ਫਿਰ ਨੇਤਰ ਭਰ ਆਏ ਜੀ। ਬੜੇ ਕਮਾਈ ਵਾਲੇ ਸਨ ਬਾਬਾ ਜੀ, ਨੇਤਰ ਭਰ ਆਏ, ਕਹਿੰਦੇ ਫਿਰ ਵਿਛਾ ਖੇਸ, ਖੇਸ ਵਸਾਇਆ, ਸੀਸ ਰੱਖਿਆ, ਪਰਤਾਂ ਖੋਲੀਆਂ, ਅਖੀਰਲੇ ਕੱਪੜੇ ਤੇ ਖੂਨ ਲੱਗਾ ਸੀ। ਦੇਵਾ ਰਾਮ ਹੈਰਾਨ ਹੋ ਗਿਆ ਵੀ ਇਹ ਕੀ ਹੈ। ਜਦੋਂ ਗੁਰਮੁਖੋ ਸੀਸ ਖੋਲਿਆ, ਦੇਵਾ ਰਾਮ ਦੀਆਂ ਭੁੱਬਾਂ ਨਿਕਲ ਗਈਆਂ। ਭਾਈ ਦੇਵਾ ਰਾਮ ਹੈਰਾਨ, ਬਾਬਾ ਜੀਵਨ ਸਿੰਘ ਕਹਿਣ ਲੱਗੇ, ਦੇਵਾ ਰਾਮ ਵੇਖ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਵੱਲ, ਤੇਰੀ ਭਾਵਨਾ ਪੂਰੀ ਕਰਨੀ ਸੀਗੀ, ਸੀਸ ਲੱਥੇ ਤੇ ਹੀ ਤੇਰੇ ਘਰ ਮਹਾਰਾਜ ਆ ਗਏ, ਤੇਰੀ ਭਾਵਨਾ ਪੂਰੀ ਕਰਨੀ ਸੀ। ਬਾਬਾ ਜੀ ਨੂੰ ਪ੍ਰਸ਼ਾਦਾ ਤਿਆਰ ਕਰਕੇ ਦਿੱਤਾ, ਗੁਰਮੁਖੋ ਗੁਰੂ ਦਾ ਸਿਰ ਸਾਹਮਣੇ ਹੋਵੇ, ਸਿੱਖ ਦੇ ਮੂੰਹ ਤੋਂ ਰੋਟੀ ਕਿਵੇਂ ਥਾਂ ਜਾਏਗੀ, ਸਾਨੂੰ ਅੰਦਾਜ਼ਾ ਨਹੀਂ ਹੈ ਉਹ ਪ੍ਰਸ਼ਾਦਾ ਕਿਵੇਂ ਛਕਿਆ। ਸਾਰੀ ਰਾਤ ਕੱਪੜੇ ਦਾ ਚੌਰ ਬਣਾਇਆ, ਫਿਰ ਅੰਬਾਲੇ ਵੀ ਰੁਕੇ ਬਾਬਾ ਜੀ, ਬਾਬਾ ਜੀ ਦਰਗਾਹੀ ਸ਼ਾਹ ਕੋਲ ਨਾਭਾ ਸਾਹਿਬ ਰੁਕੇ, ਬਿਬਾਨਗੜ੍ਹ ਆਏ। ਬਿਬਾਨਗੜ੍ਹ ਜ਼ਰੂਰ ਜਾਇਆ ਕਰੋ ਗੁਰਸਿੱਖੋ। ਮੈਂ ਜਦੋਂ ਮਹਾਰਾਜ ਦੀ ਸ਼ਹੀਦੀ ਦੀ ਕਥਾ ਆਉਂਦੀ ਉਹਦੇ 'ਚ ਵੀ ਬੇਨਤੀ ਕਰਦਾ, ਬਿਬਾਨਗੜ੍ਹ ਜ਼ਰੂਰ ਜਾਇਆ ਕਰੋ। ਗੁਰਮੁਖੋ ਉੱਥੇ ਸੀਸ ਸੁਭਾਏ ਮਨ ਕੀਤਾ, ਕਿਉਂ ਕੀਤਾ ਬਾਬਾ ਜੀਵਨ ਸਿੰਘ ਜੀ ਨੇ, ਬਾਬਾ ਜੀ ਆਨੰਦਪੁਰ ਸਾਹਿਬ ਕਿਉਂ ਨਹੀਂ ਲੈ ਕੇ ਆਏ, ਉੱਥੇ ਕਿਉਂ ਸੁਭਾਏ ਮਨ ਕਰਤਾ? ਉਹਦਾ ਕਾਰਨ ਸੀ ਵੱਡੇ ਸਤਿਗੁਰੂ ਛੇਵੇਂ ਪਾਤਸ਼ਾਹ, ਉਹਨਾਂ ਨੇ ਸਰੀਰ ਉੱਥੇ ਤਿਆਗਿਆ, ਸੰਸਕਾਰ ਉੱਥੇ ਹੋਇਆ ਸੀ। ਸੱਤਵੇਂ ਪਾਤਸ਼ਾਹ ਨੇ ਸਰੀਰ ਉੱਥੇ ਤਿਆਗਿਆ ਕੀਰਤਪੁਰ ਸਾਹਿਬ, ਸੰਸਕਾਰ ਕੀਰਤਪੁਰ ਸਾਹਿਬ ਹੋਇਆ। ਬਾਬਾ ਜੀ ਦੇ ਮਨ ਵਿੱਚ ਸੀ ਹੋ ਸਕਦਾ ਹੈ ਨੌਵੇਂ ਪਾਤਸ਼ਾਹ ਦੇ ਸੀਸ ਦਾ ਸੰਸਕਾਰ ਵੀ ਉੱਥੇ ਹੋਵੇ। ਮਹਾਰਾਜ ਨੂੰ ਇੱਥੇ ਗੁਰੂ ਕੇ ਮਹਿਲ ਵਿੱਚ ਸੁਨੇਹਾ ਆਇਆ, ਸਤਿਗੁਰੂ ਤੁਰੇ ਜੀ ਪਾਲਕੀ ਲੈ ਕੇ। ਮਹਾਰਾਜ ਪਰਿਵਾਰ ਸਮੇਤ ਪਹੁੰਚੇ ਤੇ ਬਾਬਾ ਜੀਵਨ ਸਿੰਘ ਜੀ ਉੱਥੇ ਖਲੋਤੇ ਹੈ, ਸਿਰ ਨੀਵਾਂ ਕਰ ਲਿਆ। ਚਸ਼ਮਦੀਦ ਗਵਾਹ ਸਨ ਸਾਰੇ ਆਨੰਦਪੁਰ ਸਾਹਿਬ ਵਿੱਚ, ਇੱਕ ਬਾਬਾ ਜੀਵਨ ਸਿੰਘ ਸਨ ਚਸ਼ਮਦੀਦ ਗਵਾਹ, ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਆਪਣੇ ਨੇਤਰਾਂ ਨਾਲ ਤੱਕਿਆ। ਗੁਰਮੁਖੋ ਮਹਾਰਾਜ ਸਤਿਗੁਰੂ ਬਾਬਾ ਜੀ ਵੱਲ ਵੇਖਦੇ ਆ, ਸਾਰਿਆਂ ਸੰਗਤਾਂ ਨੇ ਦਰਸ਼ਨ ਕੀਤੇ। ਚਲੋ ਪਹਿਲਾਂ ਮਾਤਾ ਜੀ ਨੇ ਕੀਤੇ, ਮਾਤਾ ਨਾਨਕੀ ਜੀ ਨੇ ਜਦੋਂ ਦਰਸ਼ਨ ਕੀਤੇ, ਮਾਂ ਗੁਜਰੀ ਨੂੰ ਕਹਿਣ ਲੱਗੇ, ਗੁਜਰੀ ਵੇਖ ਮੇਰੇ ਪੁੱਤਰ ਦੇ ਚਿਹਰੇ ਦੇ ਨੂਰ ਨੂੰ ਦੇਖ, ਤੇਗ ਵੀ ਮੇਰੇ ਪੁੱਤਰ ਦੇ ਚਿਹਰੇ ਦਾ ਨੂਰ ਦੂਰ ਨਹੀਂ ਕਰ ਸਕੀ। ਮਾਂ ਗੁਜਰੀ ਜੀ ਨੇ ਦਰਸ਼ਨ ਕੀਤੇ। ਗੁਰੂ ਗੋਬਿੰਦ ਸਿੰਘ ਜੀ ਉਮਰ ਵਿੱਚ ਛੋਟੇ ਹੈ,
ਬਾਬਾ ਜੀ 6-7 ਸਾਲ ਉਮਰ ਵਿੱਚ ਵੱਡੇ ਸਨ। ਬਾਬਾ ਜੀਵਨ ਸਿੰਘ ਜੀ ਛਾਤੀ ਨਾਲ ਲਾਇਆ ਰੰਗ ਰੇਟਾ ਗੁਰੂ ਕਾ ਬੇਟਾ ਬਿਬਾਨਗੜ੍ਹ ਦੀ ਧਰਤੀ ਤੇ ਬਚਨ ਕੀਤਾ। ਸਤਿਕਾਰਯੋਗ ਬਾਬਾ ਮੇਜਰ ਸਿੰਘ ਜੀ ਬੈਠੇ ਹੈ। ਰੰਗ ਰੇਟਾ ਗੁਰੂ ਕਾ ਬੇਟਾ ਇਹ ਵਰ ਦਿੱਤਾ ਨਾ ਉਹ ਬਿਬਾਨਗੜ੍ਹ ਦੀ ਧਰਤੀ ਤੇ ਦਿੱਤਾ, ਇਹਦਾ ਭਾਵ ਕੀ ਸੀ? ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੂੰ ਮੇਰਾ ਪੁੱਤ ਹੈ, ਸਤਿਗੁਰਾਂ ਨੇ ਕਿਹਾ ਤੂੰ ਮੇਰਾ ਭਰਾ ਹੈ। ਭਰਾ ਜਿਵੇਂ ਪਿਓ ਸਰੀਰ ਤਿਆਗੇ ਪਿਤਾ ਸਰੀਰ ਤਿਆਗੇ, ਪੁੱਤ ਦਾ ਫਰਜ਼ ਹੁੰਦਾ ਉਹਦੇ ਸਰੀਰ ਦੀ ਸਾਂਭ ਸੰਭਾਲ ਕਰਨੀ, ਉਹਦੇ ਸਰੀਰ ਦਾ ਸੰਸਕਾਰ ਕਰਨਾ। ਤੁਸੀਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਜ਼ ਇਉਂ ਸਾਂਭਿਆ ਜਿਵੇਂ ਪੁੱਤ ਬਾਪ ਨੂੰ ਸਾਂਭਦਾ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤ ਹੋ, ਜਿਵੇਂ ਮੈਂ ਗੁਰੂ ਦਾ ਪੁੱਤ ਹਾਂ ਉਵੇਂ ਤੁਸੀਂ ਵੀ ਮੇਰੇ ਗੁਰੂ ਦੇ ਪੁੱਤ ਜੇ। ਸਤ ਔਰ ਆਪਣਾ ਭਰਾ ਬਣਾਇਆ ਮੇਰੇ ਸਤਿਗੁਰਾਂ, ਆਪਾਂ ਬਾਜਾਂ ਵਾਲੇ ਦੇ ਪੁੱਤ ਹਾਂ, ਆਪਾਂ ਜਿੰਨੇ ਬੈਠੇ ਬਾਜਾਂ ਵਾਲੇ ਦੇ ਪੁੱਤ ਹਾਂ, ਪਰ ਬਾਬਾ ਜੀਵਨ ਸਿੰਘ ਜੀ ਬਾਜਾਂ ਵਾਲੇ ਸਤਿਗੁਰਾਂ ਦੇ ਭਰਾ ਨੇ। ਮਹਾਰਾਜ ਨੇ ਕਿਹਾ ਤੂੰ ਗੁਰੂ ਦਾ ਪੁੱਤ ਹੈ, ਤੂੰ ਮੇਰਾ ਭਰਾ ਹੈ। ਇੱਥੇ ਬਸਾਲੀ ਦਾ ਜੰਗ ਹੋਇਆ ਜੀ, ਕਲਮੋਟ ਦਾ ਜੰਗ ਹੋਇਆ, ਆਨੰਦਪੁਰ ਸਾਹਿਬ ਦੋ ਵਾਰੀ ਮਹਾਰਾਜ ਨੇ ਛੱਡਿਆ, ਦੋਵਾਂ ਵਾਰੀ ਬਾਬਾ ਜੀਵਨ ਸਿੰਘ ਜੀ ਨਾਲ ਸਨ। ਤਿੰਨ ਵਾਰ ਪਹਿਲਾਂ ਜੰਗ ਹੋਈ, ਬਾਬਾ ਜੀ ਨਾਲ ਨੇ। ਪੰਘਾਣੀ ਦੇ ਜੰਗ ਦਾ ਵਰਣਨ ਆਉਂਦਾ ਹੈ, ਜਿੱਥੇ ਹਲਵਾਈਆਂ ਨੇ ਜੰਗ ਕੀਤਾ ਉੱਥੇ ਬਾਬਾ ਜੀਵਨ ਸਿੰਘ ਜੀ ਨਾਲ ਸਨ। ਜਿੰਨੇ ਜੰਗ ਨੇ ਕੇਵਲ ਮੁਕਤਸਰ ਵਾਲਾ ਜੰਗ ਛੱਡ ਕੇ ਸਾਰੇ ਜੰਗਾਂ ਵਿੱਚ ਬਾਬਾ ਜੀਵਨ ਸਿੰਘ ਜੀ ਸਤਿਗੁਰਾਂ ਦੇ ਨਾਲ ਰਹੇ ਹਨ। ਬੜੇ ਵੱਡੇ ਯੋਧੇ ਜਰਨੈਲ ਸਨ। ਬਸ ਇਸ ਧਰਤੀ ਤੇ ਆਏ ਹੋ ਨਾ, ਮੈਂ ਖਿਮਾ ਮੰਗਾਂ, ਝੋਲੀਆਂ ਅੱਡ ਕੇ ਬਖਸ਼ਿਸ਼ਾਂ ਲੈ ਕੇ ਜਾਇਓ, ਕਿਉਂਕਿ ਇਹ ਉਹ ਧਰਤੀ ਹੈ ਜਿੱਥੇ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਘੜਿਆ ਗਿਆ ਤੇ ਬਾਬਾ ਜੀਵਨ ਸਿੰਘ ਜੀ ਨੂੰ ਬਖਸ਼ਿਸ਼ਾਂ ਮਿਲੀਆਂ ਗੁਰਮੁਖੋਂ। ਝੋਲੀਆਂ ਖਾਲੀਆਂ ਨਾ ਲੈ ਕੇ ਜਾਇਓ, ਇੱਥੇ ਹਰ ਇੱਕ ਤੇ ਬਖਸ਼ਿਸ਼ ਹੁੰਦੀ ਜੇ ਕੋਈ ਮੇਰੇ ਸਤਿਗੁਰਾਂ ਦੇ ਚਰਨਾਂ ਚ ਆ ਜਾਏ। ਤੇ ਇਹ ਬਚਨ ਕਹਿ ਕੇ ਸਮਾਪਤੀ ਚ ਬਾਬਾ ਜੀ ਬਾਬਾ ਮੇਜਰ ਸਿੰਘ ਜੀ, ਬਾਬਾ ਜੀ ਦਾ ਹੁਕਮ ਮੈਨੂੰ ਪਹੁੰਚਿਆ ਸੀ, ਭਾਈ ਹਰਵਿੰਦਰਪਾਲ ਸਿੰਘ ਲਿਟਲ ਜੀ ਨੇ ਸੁਣਾਇਆ ਸੀ, ਤੇ ਮੈਂ ਪਿਛੇ ਜੇ ਵੀ ਅਸੀਂ ਇਕੱਠੇ ਹੋਏ ਸਾਂ ਤੇ ਮੈਂ ਇਹ ਬੇਨਤੀ ਕੀਤੀ ਸੀ ਵੀ ਬਾਬਾ ਜੀ ਯੋਧੇ ਨੇ, ਯੋਧੇ ਜਦੋਂ ਵੀ ਕਿਤੇ ਕੌਮ ਨੂੰ ਲੋੜ ਪੈਂਦੀ ਹੈ, ਕੋਈ ਪੰਗਾ ਪੈਂਦਾ ਹੈ ਤੇ ਮੋਹਰੀਆਂ ਵਿੱਚ ਅੱਗੇ ਹੋ ਕੇ ਚੱਲਦੇ ਆ, ਅੱਗੇ ਹੋ ਕੇ ਚੱਲਦੇ ਆ। ਤੇ ਮੈਂ ਸੰਪੂਰਨਤਾ ਤੇ ਬੇਨਤੀ ਕਰਦਾ, ਅਰਦਾਸ ਕਰਿਓ ਬਾਜਾਂ ਵਾਲੇ ਸਤਿਗੁਰਾਂ ਦੇ ਚਰਨਾਂ ਚ, ਸਤਿਗੁਰੂ ਜਿਵੇਂ ਤੁਸੀਂ ਬਾਬਾ ਜੀਵਨ ਸਿੰਘ ਜੀ ਹੋਰ ਬੇਅੰਤ ਗੁਰਸਿੱਖਾਂ ਤੇ ਇੱਥੇ ਤੁਸੀਂ ਕਿਰਪਾ ਕੀਤੀ। ਮਹਾਰਾਜ ਚੋਜ ਵੀ ਵਰਤਾਉਂਦੇ ਸੀ, ਹੁਬਾ ਪੰਛੀ ਦੇ ਖੰਭ ਤੀਰਾਂ ਨੂੰ ਲਾ ਕੇ ਤੀਰ ਡਾ ਤੇ, ਤੀਰ ਥੱਲੇ ਨਹੀਂ ਆਏ
ਸਿੱਖਾਂ ਨੇ 3.5 ਘੰਟੇ ਇੰਤਜ਼ਾਰ ਕੀਤਾ। ਸਿੰਘਾਂ ਨੇ ਤੀਰ ਹੀ ਵੇਖਦੇ ਰਹੇ, ਤੀਰ ਥੱਲੇ ਨਹੀਂ ਆਏ। ਮਹਾਰਾਜ ਸਤਿਗੁਰੂ ਕਹਿਣ ਲੱਗੇ, ਕਿੱਥੇ ਗਏ ਤੀਰ? ਕਹਿੰਦੇ ਮਹਾਰਾਜ ਥੱਲੇ ਨਹੀਂ ਆਏ। ਮਹਾਰਾਜ ਕਹਿੰਦੇ ਪੰਛੀ ਦੇ ਖੰਭ ਲੱਗੇ, ਤੀਰ ਉੱਥੇ ਪਹੁੰਚ ਗਏ ਜਿੱਥੇ ਪੰਛੀ ਹੈ। ਗੁਰਸਿੱਖੋ, ਬਾਣੀ ਉੱਥੇ ਲੈ ਕੇ ਜਾਏਗੀ ਤੁਹਾਨੂੰ ਜਿੱਥੋਂ ਬਾਣੀ ਆਪ ਆਈ ਹੈ। ਬਾਬਾ ਜੀਵਨ ਸਿੰਘ ਜੀ ਦੀ ਵਡਿਆਈ ਕੀ ਗੁਰਮੁਖੋ? ਉਹਨਾਂ ਦੇ ਹਿਰਦੇ ਚ ਬਾਣੀ ਹੈ। ਸਾਡੀ ਛੁਟਿਆਈ ਕੀ ਹੈ? ਸਾਡੇ ਕੋਲ ਸਭ ਕੁਝ ਹੈਗਾ, ਬਾਹਰ ਦੀਆਂ ਸੁੱਖ ਸਹੂਲਤਾਂ, ਜੇ ਨਹੀਂ ਹੈਗੀ ਹਿਰਦੇ ਚ ਬਾਣੀ ਨਹੀਂ ਤੇ ਹੈਗੀ। ਬਾਣੀ ਪੜੋ, ਮਹਾਰਾਜ ਨੂੰ ਕਹੋ, ਮਹਾਰਾਜ ਜਿਵੇਂ ਗੁਰਸਿੱਖਾਂ ਦੇ ਉੱਤੇ ਕਿਰਪਾ ਕੀਤੀ ਨਾ ਇਸ ਧਰਤੀ ਤੇ, ਮਹਾਰਾਜ ਤੁਹਾਡੇ ਦਰ ਤੇ ਝੋਲੀ ਅੱਡ ਕੇ ਬੈਠੇ ਹਾਂ, ਸਾਡੇ ਤੇ ਕਿਰਪਾ ਕਰਿਓ, ਸਾਨੂੰ ਵੀ ਬਾਣੀ ਪੜਨ ਦੀ ਦਾਤ ਬਖਸ਼ਿਓ। ਸਾਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਏ ਹਾਂ, ਸਾਨੂੰ ਜੀਵਨ ਵਾਲਾ ਸਿੰਘ ਬਣਾ ਦਿਓ। ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਓ। 20 ਮਿੰਟ ਮੈਨੂੰ ਦਿੱਤੇ ਸੀ, ਪਰ ਸਟੇਜ ਸੈਕਟਰੀ ਜੀ ਨੇ ਵੀ ਮੇਰਾ ਲਿਹਾਜ਼ ਕੀਤਾ, ਟਾਈਮ ਮੈਂ ਵੱਧ ਲਾਇਆ, ਪਰ ਆਪਾਂ ਖੁਸ਼ੀਆਂ ਵਾਲਾ ਦਿਨ ਮਨਾ ਰਹੇ ਨਾ, ਬਾਬਾ ਜੀ ਦਾ ਜਨਮ ਦਿਨ ਮਨਾ ਰਹੇ, ਤੇ ਜਨਮ ਦਿਨ ਦਾ ਸੰਬੰਧ ਖੁਸ਼ੀਆਂ ਨਾਲ ਹੁੰਦਾ ਜੀ। ਖੁਸ਼ੀਆਂ ਵਾਲਾ ਦਿਨ ਮਨਾ ਰਹੇ ਹਾਂ, ਖੁਸ਼ੀਆਂ ਵਿੱਚ ਵਾਧਾ ਘਾਟਾ ਹੋ ਹੀ ਜਾਂਦਾ। ਸਤਿਕਾਰਯੋਗ ਗਿਆਨੀ ਕੇਵਲ ਸਿੰਘ ਜੀ ਮਹਿਤਾ, ਉਹਨਾਂ ਨੇ ਵੀ ਬੜੇ ਕੀਮਤੀ ਬਚਨ ਆਪ ਜੀ ਨੂੰ ਸਰਵਣ ਕਰਾਉਣੇ ਆ। ਪਿਛੇ ਜੇ ਫਤਿਹਗੜ੍ਹ ਚੂੜੀਆਂ ਅਸੀਂ ਇਕੱਠੇ ਹੋਏ ਸਾਂ, ਭਾਈ ਪੱਲਾ ਜੀ ਦਾ ਪ੍ਰਸੰਗ ਸੁਣਾਇਆ ਸੀ, ਮੈਂ ਕਹਿੰਦਾ ਕਮਾਲ ਕਰ ਦਿੱਤੀ ਸੀ, ਐਡੇ ਪ੍ਰੇਮ ਨਾਲ ਪ੍ਰਸੰਗ ਸੁਣਾਇਆ ਸੀ। ਉਹਨਾਂ ਆਪ ਜੀ ਨੂੰ ਜੋੜਨਾ, ਮੈਂ ਬਾਬਾ ਜੀ ਕੋਲੋਂ ਆਗਿਆ ਲੈ ਲੈਣੀ ਆ, ਕਿਉਂਕਿ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹੋਣਾ ਨੇ ਹੁਕਮ ਲਾਇਆ ਵੀ ਸਵੇਰੇ ਲੜੀਵਾਰ ਕਥਾ ਤਖ਼ਤ ਸਾਹਿਬ ਦੇ ਉੱਤੇ ਉਸ ਕਥਾ ਦੀ ਹਾਜ਼ਰੀ ਤੁਸਾਂ ਭਰਨੀ ਹੈ। ਸੋ ਇਸ ਕਰਕੇ ਮੈਂ ਹੁਣ ਤੁਹਾਡੇ ਤੋਂ ਖੁਸ਼ਾ ਲੈ ਲੈਣਾ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਓ। ਬੜੇ ਪਿਆਰ ਨਾਲ ਸਾਰੀਆਂ ਸੰਗਤਾਂ ਜਿੰਨੇ ਆਪ ਜੀ ਬੈਠੇ ਹੋ, ਦੋਵੇਂ ਹੱਥ ਜੋੜ ਕੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।